ਪਲੀਜ਼ ਸਮੇਂ ਦੀ ਨਿਜਾਕਤ ਨੂੰ ਵੇਖਦੇ ਹੋਏ ਇਹਨਾਂ ਦੇ ਗਾਉਂਦੇ ਗਾਉਂਦੇ ਆ ਜਾਣਾ ਭਾਅ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਮੇਰੇ ਵੀਰਾਂ ਦਾ ਜਿੰਨੇ ਇੰਨੀ ਠੰਡ ਦੇ ਵਿੱਚ ਖੜੇ ਨੇ। ਤਾਂ ਮੈਂ ਇੱਕ ਗਾਣਾ ਕਬੱਡੀ ਦਾ ਕਹਾਂਗਾ ਜੋ ਮੇਰੇ ਵੀਰ ਇੰਨੀ ਠੰਡ ਦੇ ਵਿੱਚ ਲੀੜੇ ਲਾ ਕੇ ਖੇਡਦੇ ਨੇ, ਅਤੇ ਸਾਰੇ ਪਿੰਡ ਦਾ ਹੀ ਧੰਨਵਾਦ ਹੈ ਸਾਰੇ ਸਰੋਤਿਆਂ ਦਾ ਜੋ ਮੇਰੇ ਵੀਰ ਇੱਥੇ ਆ ਕੇ ਵਿਰਾਜਮਾਨ ਹੋਏ ਨੇ। ਸਾਡੇ ਰਮਨ ਸੇਖੋ ਜੀ ਬਹੁਤ ਹੀ ਵਧੀਆ ਪ੍ਰਮੋਟਰ, ਜੋ ਸਾਡਾ ਦੋ ਤਿੰਨ ਵਾਰ ਦੇ ਟੂਰ ਵੀ ਸਾਡੇ ਲਵਾਏ ਨੇ। ਅਤੇ ਮੈਂ ਕਬੱਡੀ ਵਾਲਿਆਂ ਵਾਸਤੇ ਗਾਣਾ ਕਹਿਣਾ ਮੇਰੇ ਵੀਰਾਂ ਵਾਸਤੇ, ਕਿਉਂਕਿ ਜੋ ਮੁੰਡੇ ਬਿਨਾਂ ਨਸ਼ੇ ਤੋਂ ਖੇਡਦੇ ਨੇ ਮੈਂ ਉਹਨਾਂ ਦੀ ਕਦਰ ਕਰਦਾ। ਪਹਿਲਾਂ ਮਾਹੌਲ ਖਰਾਬ ਹੋ ਗਿਆ ਸੀ, ਹੁਣ ਮਿੱਤਰੋ ਜਿਹੜਾ ਹੀਰੋ ਬਣਦਾ ਕਬੱਡੀ ਦੇ ਵਿੱਚ, ਮੈਨੇ ਵੀ ਇੰਨੀ ਕਮਾਈ ਕਿਤੇ ਵੀ ਨਹੀਂ ਹੈ ਜੋ ਕਬੱਡੀ ਨੂੰ ਕਬੱਡੀ ਸਮਝ ਕੇ ਖੇਡਦਾ। ਤਾਂ ਕੀ ਕਹਿਣ ਲੱਗਿਆ, ਬਹੁਤ ਬਹੁਤ ਧੰਨਵਾਦ ਮੇਰੇ ਵੀਰ ਦਾ ਭੁਪਿੰਦਰ ਗਿੱਲ ਸਾਹਿਬ, ਜਿਨ੍ਹਾਂ ਦੀ ਸਟੇਜ 'ਤੇ ਅੱਜ ਤੁਹਾਡੇ ਨਵਾਣੇ ਜੇ ਵੀਰ ਨੂੰ ਟਾਈਮ ਮਿਲਿਆ। ਲੱਖਾ ਥਰਾਜ ਟੰਡ ਬੈਠਕਾਂ ਦੌੜਾਂ ਲਾ ਕੇ ਸਿਹਤ ਸਵਾਲੀ ਦੀ, ਲੱਗਦਾ ਚੋਬਰ ਉਮਰ ਬੇਸ਼ੱਕ ਹੋ ਜੇ 40 ਦੀ। ਲੱਗਦਾ ਚੋਬਰ ਉਮਰ ਬੇਸ਼ੱਕ ਹੋ ਜੇ 40 ਦੀ। ਰੱਖੇ ਹੌਸਲਾ ਮਿੱਤਰਾ, ਰੱਖੇ ਹੌਸਲਾ ਮਿੱਤਰਾ, ਐਵੇਂ ਇੱਕ ਨੀ ਅੱਡੀ ਦੀ, ਬਿਨਾਂ ਖੁਰਾਕਾਂ ਖੇਡੀ ਜਾਂਦੀ ਖੇਡ ਕਬੱਡੀ ਦੀ, ਨਾ ਬਿਨਾਂ ਕਸਰਤਾਂ ਖੇਡੀ ਜਾਂਦੀ ਖੇਡ ਕਬੱਡੀ। ਵਿੱਚ ਹਰਜੀਤ ਵਾਂਗੂ ਇੱਕ ਤੋਹਫਾ ਬਣ ਸਕਦਾ, ਤੂੰ ਵੀ ਨਾਮੀ ਰੇਡਰੀ ਅੱਗੇ ਸੀਨਾ ਤਣ ਸਕਦਾ, ਰੇਡਾਂ ਵਿੱਚ ਹਰਜੀਤ ਵਾਂਗੂ ਇੱਕ ਤੋਹਫਾ ਬਣ ਸਕਦਾ। ਕਰ ਕਸਰਤਾਂ ਖਾ ਪੀ, ਕਰ ਕਸਰਤਾਂ ਖਾ ਪੀ, ਐਵੇਂ ਇੱਕ ਨੀ ਅੱਡੀ ਦੀ, ਬਿਨਾਂ ਖੁਰਾਕਾਂ ਖੇਡੀ ਜਾਂਦੀ ਖੇਡ ਕਬੱਡੀ ਦੀ, ਨਾ ਬਿਨਾਂ ਕਸਰਤਾਂ ਖੇਡੀ ਜਾਂਦੀ ਖੇਡ ਕਬੱਡੀ। ਚੋ
ਜੋ ਲਾਉਂਦਾ ਕਰਦੀ ਕੱਟੀ ਦੀ, ਉਹ ਲਾਉਂਦਾ ਕਰਦੀ ਕੱਟੀ ਦੀ, ਬਿਨਾ ਖਰਾਕਾਂ ਖੇਡੀ ਜਾਂਦੀ ਖੇਡ ਕਬੱਡੀ ਦੀ, ਨਾ ਬਿਨਾ ਕਸਰਤਾਂ ਖੇਡੀ ਜਾਂਦੀ ਖੇਡ ਕਬੱਡੀ ਦੀ, ਨਾ ਬਿਨਾ ਕਸਰਤਾਂ ਖੇਡੀ ਜਾਂਦੀ ਖੇਡ ਕਬੱਡੀ ਦੀ, ਨਾ ਬਿਨਾ ਕਸਰਤਾਂ ਖੇਡੀ ਜਾਂਦੀ ਖੇਡ ਕਬੱਡੀ ਦੀ। ਇੱਕ ਵਾਰ ਜ਼ੋਰਦਾਰ ਤਾੜੀਆਂ ਬਰਾੜ ਸਾਹਿਬ ਦੇ ਲਈ ਲੱਖਾ ਬਰਾੜ ਥਰਾਜ ਬਾਈ ਜੀ, ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਹੁਣ ਮੈਂ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤ ਸੰਗੀਤ ਪਰਿਵਾਰ ਦੇ ਬੰਸ ਚਾਲਕ ਤਾਰਾਬਾਈ ਜੀ, ਮੇਰਾ ਛੋਟਾ ਭਰਾ, ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦਾ, ਉਹਨਾਂ ਨੂੰ ਬੜੇ ਅਦਭੁਤ ਸਤਿਕਾਰ ਦੇ ਨਾਲ ਬੁਲਾਉਣਗੇ। ਤਾਰਾਬਾਈ ਜੀ ਵੈਲਕਮ ਮੇਰੇ ਇਲਾਕੇ 'ਚ ਆਉਣ 'ਤੇ, ਬਹੁਤ ਬਹੁਤ ਸਤਿਕਾਰ ਜੀ ਆ। ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀ ਗਏ ਸਰ ਦੇ ਹਾਣੀ ਭਰਾ ਜਗਦੀਪ ਜੋਗਾ ਬਾਈ, ਇੱਕ ਵਾਰੀ ਵੀਰ ਦੇ ਨਾਂ 'ਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਤੁਹਾਡੇ ਇਲਾਕੇ ਦਾ ਮਾਣ, ਅਕਸਰ ਵੱਡੀਆਂ ਸਟੇਜਾਂ ਦੇ ਉੱਤੇ ਬਾਈ ਲਾਭ ਹੀਰਾ, ਬਾਈ ਦੀਪ ਢਿੱਲੋਂ ਔਰ ਹਰਦੀਪ ਗਿੱਲ ਬਾਈ, ਤਕਰੀਬਨ ਪੰਜਾਬ ਦਾ ਕੋਈ ਕਲਾਕਾਰ ਇਹੋ ਜਿਹਾ ਹੋਏਗਾ ਜਿਸ ਦੇ ਨਾਲ ਬਾਈ ਨੇ ਸੰਗਤ ਨਾ ਕੀਤੀ ਹੋਵੇ। ਬਾਈ ਜੋਗਾ ਜੀ, ਸਾਡੇ ਵਿੱਚ ਸਾਡੇ ਇਲਾਕੇ ਦਾ ਮਾਣ ਸ਼੍ਰੀ ਮੰਗਤ ਰਾਏ ਬਾਂਸਲ ਸਾਹਿਬ ਪਹੁੰਚੇ, ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਸਵਾਗਤ ਕਰੀਏ। ਉਹ ਸ਼ਖਸੀਅਤਾਂ ਜਦੋਂ ਉਹਨਾਂ ਨੂੰ ਆਵਾਜ਼ ਮਾਰਦੇ ਹਾਂ, ਟੂਰਨਾਮੈਂਟ ਹੋਵੇ, ਸੱਭਿਆਚਾਰਕ ਮੇਲਾ ਹੋਵੇ, ਸਾਡੇ ਪਿੰਡ ਦਾ ਕੰਮ ਹੋਵੇ, ਸਾਡੇ ਤੋਂ ਪਹਿਲਾਂ ਪਹੁੰਚਦੇ, ਇੱਕ ਵਾਰ ਦੱਬ ਕੇ ਤਾੜੀ ਮਾਰੋ ਬਾਂਸਲ ਸਾਹਿਬ। ਬਾਂਸਲ ਸਾਹਿਬ ਜੀ ਆਇਆਂ ਨੂੰ ਸਰ ਤੁਹਾਡਾ ਆਉਣਾ ਮੁਬਾਰਕ, ਸ਼ੁਕਰੀਆ ਮੇਰਾ, ਥੈਂਕ ਯੂ। ਪਾਵਨ ਪਵਿੱਤਰ ਧਰਤੀ ਬੁਰਜ ਹਰੀ ਸਿੰਘ, ਜਿਸ ਧਰਤੀ ਦੇ ਉੱਤੇ ਬਾਬਾ ਭਾਈ ਭਗਤੂ ਜੀ ਨੇ ਬੜੀ ਭਗਤੀ ਕੀਤੀ ਹੈ, ਉਹਨਾਂ ਦੀ ਅਪਾਰ ਕਿਰਪਾ ਸਦਕਾ ਅੱਜ ਇਹ 19ਵਾਂ ਖੇਡ ਮੇਲਾ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਬਾਈ ਨਿਰਵੈਰ ਸਿੰਘ ਜੀ, ਜੋ ਕਿ ਮੁੱਖ ਪ੍ਰਬੰਧਕ ਨੇ ਇਸ ਕਬੱਡੀ ਕੱਪ ਔਰ ਸੱਭਿਆਚਾਰਕ ਮੇਲੇ ਦੇ, ਔਰ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਹੋਣੀ ਰਮਨ ਸੇਖੋਂ ਜੀ, ਜੋ ਕਿ ਪ੍ਰਮੋਟਰ ਨੇ, ਸਾਡੇ ਕਲਾਕਾਰ ਭਰਾ ਜਿੰਨੇ ਵੀ ਸਾਡੇ ਵੀਰ, ਔਰ ਇੱਕ ਸਾਡੇ ਭੈਣ ਜੀ ਹੋਣੀ ਕੈਮੀ ਗਿੱਲ, ਉਹ ਹਾਜ਼ਰੀ ਭਰ ਕੇ ਗਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੇ ਸ਼ੁਕਰਗੁਜ਼ਾਰ ਹਾਂ, ਸ਼ੁਕਰਗੁਜ਼ਾਰ ਹਾਂ ਸਾਡੇ ਵੀਰ ਜਗਦੀਪ ਜੋਗਾ ਬਾਈ ਔਰ ਸਾਡੇ ਵੱਡੇ ਭਰਾ ਵੀਰੂ ਰੋਮਾਣਾ, ਜੋ ਕਿ ਬਹੁਤ ਹੀ ਜਾਣੀ ਪਹਿਚਾਣੀ ਆਵਾਜ਼ ਹੈ ਤੁਹਾਡੀ, ਔਰ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਰਾਏਪਾਲ ਸਿੰਘ ਜੀ, ਉਹ ਸਾਡੇ ਵਿਚਕਾਰ ਪਹੁੰਚੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਸੋ ਜਿੰਨੇ ਵੀ ਸਾਡੇ ਸਤਿਕਾਰਯੋਗ ਇਸ ਇਲਾਕੇ ਤੋਂ, ਇਸ ਪੰਡਾਲ ਦੇ ਅੰਦਰ ਜਿੰਨੇ ਵੀ ਵੀਰ, ਬੱਚੇ, ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ ਬੈਠੇ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੇ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਪ੍ਰਬੰਧਕ ਕਮੇਟੀ ਦੇ, ਇਸ ਪੰਡਾਲ ਦੇ ਅੰਦਰ ਤੁਹਾਡੀ ਸੇਵਾ 'ਚ ਹਾਜ਼ਰ ਕਰਨ ਜਾ ਰਹੇ ਹਾਂ। ਉਸ ਗਾਇਕ ਜੋੜੀ ਨੂੰ, ਜਿਹੜੀ ਜੋੜੀ ਨੇ ਕਦੇ ਕਿਹਾ ਕਿ ਭਾਬੀ ਇਹਨੀ ਦੋਵੇਂ ਹੱਥ ਜੋੜਾਂ ਮੈਂ ਤੇਰੀ ਕਦੇ ਗੱਲ ਨਾ ਮੋੜਾਂ, ਭਾਬੀ ਇਹਨੀ ਦੋਵੇਂ ਹੱਥ ਜੋੜਾਂ ਮੈਂ ਤੇਰੀ ਕਦੇ ਗੱਲ ਨਾ ਮੋੜਾਂ, ਕਰ ਹੀ ਲਾ ਕੋਈ ਕਰਨੀ ਜੇ ਛਣ ਛਣ ਹੋ ਜੇ ਦਿਓਰ ਤੇਰੇ ਕਰਨੀ। ਔਰ ਕਦੇ ਇਸ ਜੋੜੀ ਨੇ ਕਿਹਾ ਕਿ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ, ਦਾਰੂ ਦੇ ਸਰੂਰ ਵਿੱਚ ਨੋਟ ਜਾਂਦਾ ਵਾਰੀ, ਵੇਖੀ ਝੁੱਗਾ ਚੌੜ ਆਪਣਾ ਕਰਾ ਕੇ ਬਹਿ ਜੀ ਨਾ, ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ, ਤੋਰੀ ਵਾਂਗੂ ਮੂੰਹ ਲਮਕਾ ਕੇ ਬਹਿ ਜੀ ਨਾ। ਇੱਕ ਸਾਡਾ ਪਿੱਛੇ ਜਿਹੇ ਗੀਤ ਆਇਆ ਫੋਕਾ ਪਾਣੀ, ਉਸ ਨੂੰ ਬੜਾ ਪਿਆਰ ਮਿਲਿਆ। ਔਰ ਇੱਕ ਗੀਤ ਸਾਡਾ ਅੱਜ 10 ਜਨਵਰੀ ਨੂੰ ਰਿਲੀਜ਼ ਹੋਇਆ, ਅਧੀਆ
ਵਰਸਿਸ ਰਮ ਬਟੂਆ ਰਿਕਾਰਡਸ ਕੰਪਨੀ ਵੱਲੋਂ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ। ਸੋ ਇੱਕ ਵਾਰੀ ਆਪਣੇ ਨਾਂ 'ਤੇ ਖੁੱਲ੍ਹ ਕੇ ਤਾੜੀਆਂ ਮਾਰ ਲਿਓ ਔਰ ਪ੍ਰਬੰਧਕ ਵੀਰਾਂ ਦੇ ਨਾਂ 'ਤੇ ਖੁੱਲ੍ਹ ਕੇ ਤਾੜੀਆਂ। ਇਸ ਪੰਡਾਲ ਦੇ ਅੰਦਰ ਹਾਜ਼ਰ ਤੁਹਾਡੀ ਸੇਵਾ ਦੇ ਵਿੱਚ ਪੰਜਾਬ ਦੀ ਪ੍ਰਸਿੱਧ ਦੁਗਾਣਾ ਜੋੜੀ ਭੁਪਿੰਦਰ ਗਿੱਲ, ਜੰਗਿਆਣਾ ਸਾਥੀ ਗਾਇਕਾ ਬੀਬਾ ਜਸਵਿੰਦਰ ਜੀਤੂ ਐਂਡ ਪਲਟੀ ਰੋਬਰਟ